ਇਹ ਪਿਆਰ ਦੇ ਨੇੜੇ ਲੱਗੀ ਜਾਂਦੇ ਨੇ, ਕੋਈ ਸਲਾਹ ਨੀ, ਬੁਲਾ ਨੀ, ਕੋਈ ਤਿਆਰ ਨੀ ਮਿੰਦਾ। ਹਾਂਜੀ ਮੰਮੀ। ਮੇਰੀ ਗੱਲ ਸੁਣ, ਆਪਣੀ ਤਾਈ ਨੂੰ ਬੁਲਾ ਕੇ ਲੈ ਕੇ ਆ। ਕੀ ਗੱਲ ਹੋ ਗਈ ਮੰਮੀ, ਤਾਈ ਨੂੰ ਕਾਹਤੇ ਬੁਲਾਉਣਾ? ਹੋਇਆ ਤਾਂ ਕੁਛ ਨੀ, ਉਹਨੂੰ ਪੁੱਛਾ ਤੁਸੀਂ ਤੇਰੀ ਭੂਆ ਘਰੇ ਕੀ ਲੈ ਕੇ ਜਾਣਾ। ਮੈਂ ਚਲੀ ਜਾਂਦੀ ਹਾਂ ਮੰਮੀ, ਕੋਈ ਗੱਲ ਨੀ। ਮੈਂ ਦੇਖੀ ਕੀ ਜਾਂਦੀ, ਛੇਤੀ ਬੁਲਾ ਲਿਆ ਉਹਨੂੰ, ਉਹਨੇ ਆਪ ਨਾ ਕੁਛ ਦੱਸਣਾ ਨਾ ਕੁਛ ਪੁੱਛਣਾ। ਜਾਂਦੀ ਹਾਂ ਮੰਮੀ। ਤਾਈ ਜੀ ਕਿੱਥੇ ਹੋ? ਕੁੜੇ ਆ ਜਾ, ਇੱਥੇ ਹੀ ਆ ਲੰਘਿਆ। ਅੱਛਾ ਆ ਬੈਠੇ ਹੋ, ਹੋਰ ਠੀਕ ਹੈ ਤਾਈ? ਹਾਂ ਠੀਕ ਹੈ ਧੀਏ, ਤੂੰ ਦੱਸ। ਤੁਹਾਨੂੰ ਮੰਮੀ ਬੁਲਾਉਂਦੇ ਸੀਗੇ। ਨਾ ਉਹਨੇ ਮੇਰੇ ਤੋਂ ਕੀ ਕਰਾਉਣਾ? ਕਰਾਉਣਾ ਤਾਂ ਤਾਈ ਜੀ ਕੁਛ ਵੀ ਨੀ, ਉਹ ਜਿਹੜਾ ਨਾਨਕ ਸ਼ਾਹ ਚ ਕੱਪੜੇ ਲੀੜੇ ਨੀ ਲੈ ਕੇ ਜਾਣੇ ਉਹਦੇ ਬਾਰੇ ਗੱਲ ਕਰਨੀ ਆ। ਨਾ ਆਪ ਆ ਜਾਂਦੀ, ਤੈਨੂੰ ਭੇਜ ਤਾ ਬੁਲਾਉਣ, ਮੈਂ ਤਾਂ ਆਪ ਆ ਦੇਖ ਲੈਂਦੀ ਹਾਂ ਲੱਤੇ ਜੋੜੀ ਬੈਠੀ ਆ। ਜਾ ਆਪਣੀ ਮੰਮੀ ਨੂੰ ਕਹਿ, ਨਾਲੇ ਤਾਂ ਲੀੜੇ ਲੱਤੇ ਦੇਖ ਜੂਗੀ ਤੇ ਨਾਲੇ ਦੱਸ ਦੂਗੀ ਕੀ ਕੰਮ ਹੈ। ਚਲੋ ਠੀਕ ਆ ਤਾਈ ਜੀ, ਮੈਂ ਕਹਿ ਦਿੰਦੀ ਆ। ਕੁੜੇ ਮਿੰਦੋ ਗੱਲ ਸੁਣਦੀ ਏ, ਤੂੰ ਵੀ ਨਾਲ ਹੀ ਆ ਜੀ, ਨਾਲੇ ਤੂੰ ਵੀ ਦੇਖ ਲਈ ਆ ਜੋੜਿਆ ਹੋਇਆ ਲੀੜਾ ਲੱਤਾ। ਠੀਕ ਹੈ ਜੀ। ਇੰਨਾ ਟਾਈਮ ਹੋ ਗਿਆ ਹੁਣ ਤੱਕ ਨੀ ਆਈ, ਹੋਰ ਨਾ ਕਿਤੇ ਮੇਰੀ ਨੌਂ ਨੂੰ ਪੱਟੀ ਪੜਾ ਦੇਵੇ। ਨਾ ਇੰਨਾ ਟਾਈਮ ਕਾਹਤੇ ਲੱਗ ਗਈ ਆ, ਨਾਲੇ ਤੇਰੀ ਤਾਈ ਕਿੱਥੇ ਆ? ਬੁਲਾਉਣ ਤਾਂ ਤੂੰ ਤਾਈ ਨੂੰ ਗਈ ਸੀ। ਮੰਮੀ ਤਾਈ ਤਾਂ ਸਾਰੇ ਕੱਪੜੇ ਜੋੜੀ ਬੈਠੀ ਆ, ਕਹਿੰਦੀ ਜਿਹੜੀ ਗੱਲ ਕਰਨੀ ਤੇਰੀ ਮਾਂ ਆ ਕੇ ਕਰ ਲਵੇ। ਹਾਏ ਕਿੱਡੀ ਚਲਾਕ ਆ, ਮੈਂ ਤਾਂ ਹਲੇ ਪੁੱਛ ਰਹੀ ਆ ਵੀ ਕੀ ਕਰਨਾ, ਆਪ ਸਭ ਕੁਛ ਜੋੜੀ ਵੀ ਬੈਠੀ ਆ। ਤੁਸੀਂ ਚੱਲੋ ਦੇਖੀਏ ਤਾਂ ਸਹੀ ਕਿਹਨੂੰ ਕਿਹਨੂੰ ਕਿਹੜਾ ਕੱਪੜਾ ਲਾਇਆ ਹੋਇਆ। ਚੱਲ ਕਰ ਦੇਖਾ ਕੀ ਕਰਦੀ ਆ। ਮੈਂ ਤਾਂ ਹਜੇ ਸਲਾਹ ਕਰਦੀ, ਆਪ ਜੋੜੀ ਵੀ ਬੈਠੀ ਆ। ਜੋੜਨੇ ਨੀ ਸੀ, ਵਿਆਹ ਚ ਦਿਨ ਕਿਹੜੇ ਰਹਿ ਗਏ, ਦੋ ਚਾਰ ਦਿਨ ਤਾਂ ਰਹਿ ਗਏ। ਆ ਤੂੰ ਵੀ ਦੇਖ ਲੈ ਧੀਏ, ਆ ਜਾ ਆ ਦਾਦੀ ਦਾ, ਆ ਭੂਆ ਦਾ, ਆ ਲਾਗੀਆਂ ਦੇ, ਆ ਭੈਣੇ ਦੋ ਹੈਗੇ ਕੁੜੀ ਦੇ। ਨਾ ਕੁੜੀ ਦੇ ਦੋ ਸੂਟ ਹੈ, ਨਾਨਕ ਸ਼ੱਕ ਲੈ ਕੇ ਚੱਲਿਆ, ਘੱਟੋ ਘੱਟ ਪੰਜ ਸੂਟ ਤਾਂ ਹੋਣੇ ਚਾਹੀਦੇ ਨੇ। ਆ ਸੂਟ ਤਾਂ ਉਹੀ ਆ ਜਿਹੜਾ ਮੇਰੇ ਪੇਕਿਆਂ ਤੋਂ ਆਇਆ ਹੋਇਆ। ਨਾ ਫੇਰ ਫੇਰ ਕੀ, ਇੰਨੀ ਰੀਝ ਨਾਲ ਲਵਾਇਆ ਸੀ ਤੁਹਾਡੇ ਲਈ ਮੈਂ। ਲਵਾਇਆ ਸੀ ਰੀਝ ਨਾਲ, ਮੈਨੂੰ ਤਾਂ ਭੋਰਾ ਪਸੰਦ ਨੀ। ਜਿਹੀ ਜੀ ਤੇਰੀ ਨੂੰ ਮੈਨੂੰ ਲੈ ਕੇ ਆਈ ਸੀ ਨਾ, ਉਹਦੇ ਨਾਲ ਤਾਂ 100 ਗੁਣਾ ਵਧੀਆ ਹੀ ਆ। ਅੱਛਾ ਤਾਈ, ਜੇ ਤੁਹਾਨੂੰ ਸੂਟ ਪਸੰਦ ਨੀ ਆਇਆ ਤਾਂ ਤੁਸੀਂ ਆਪਣੀ ਨਾ ਪਸੰਦ ਵਾਲਾ ਸੂਟ ਨਾਨਕ ਸ਼ੱਕ ਚਲਾਉਣ ਲੱਗੇ ਹੋ। ਕੁੜੀਏ ਤੂੰ ਚੁੱਪ ਕਰ, ਤੇਰਾ ਵਿੱਚ ਬੋਲਣ ਦਾ ਕੋਈ ਕੰਮ ਨੀ। ਸੂਟ ਤਾਂ ਮੈਂ ਦੇਖ ਲਏ ਭੈਣੇ, ਵੀ ਘੋਰੀ ਕੱਢ ਕੇ ਲਾ ਲਏ ਤਾਂ ਬੈੱਡ ਦੇ ਵਿੱਚੋਂ, ਹੁਣ ਟੂਮ ਵੀ ਦਿਖਾ ਦਿੰਦੀ ਕਿਤੇ, ਉਹ ਵੀ ਘੋਰੀ ਕੱਢ ਕੇ ਤਾਂ ਨਹੀਂ ਲਾਤੀ ਮੇਰੇ ਕੁੜਮਾ ਵਾਲੀ। ਨੀ ਬਸ ਕਰ, ਹੈ ਜਿੰਨਾ ਸਾਥੋਂ ਸਲੂ ਕਰ ਜਾਂਗੇ। ਸਰ ਨੂੰ ਤਾਂ ਐ ਕਹਿੰਦੇ ਜਿਕਣ ਕਿਸੇ ਚੀਜ਼ ਦੀ ਕਮੀ ਹੁੰਦੀ ਆ, ਕਮੀ ਤਾਂ ਕਿਤੇ ਮਾਲਕ ਨੇ ਹੋਣ ਨਹੀਂ ਦਿੱਤੀ, ਨਹੀਂ ਤੁਸੀਂ ਤਾਂ ਕਸਰ ਨਹੀਂ ਸੀ ਛੱਡੀ। ਨਾ ਕਸਰ ਛੱਡਣ ਦਾ ਕੀ ਮਤਲਬ ਆ, ਅਸੀਂ ਕੀ ਕੀਤਾ, ਸਾਰਾ ਕੁਝ ਤਾਂ ਆਪ ਰੱਖ ਗਈ, ਨਾ ਸਾਨੂੰ ਵੰਡ ਕੇ ਦਿੱਤਾ ਹੀ ਗਈ ਆ। ਉਹ ਤਾਈ ਮੈਨੂੰ ਬਾਹਰ ਤੱਕ ਬਾਜਾਂ ਸੁਣਦੀਆਂ ਨੇ, ਤੂੰ ਬੋਲਦੀ ਕਿਵੇਂ ਮੇਰੀ ਮਾਂ ਨੂੰ? ਹੁਣ ਤੱਕ ਤਾਂ ਮੈਂ ਚੁੱਪੀ ਸੀ, ਤੇਰੀ ਮਾਂ ਨੇ ਮਜਬੂਰ ਕੀਤਾ ਬੋਲਣ ਲਈ। ਆ ਕੋਲ ਖੜੀ ਆ, ਇਹਨੂੰ ਪੁੱਛ ਲੈ ਜਿਹਨੇ ਪਹਿਲਾਂ ਸ਼ੁਰੂ ਕੀਤਾ। ਨਾ ਇਹਨੂੰ ਕੀ ਪੁੱਛਣਾ, ਤੇਰੀ ਨੂੰ ਆ ਤੇਰੀ ਕਰੂ, ਹੋਰ ਮੇਰੀ ਕਰੂਗੀ? ਉਹ ਤਾਈ ਤੂੰ ਕਿਹੜੀ ਗੱਲੋਂ ਭੜਕੀ ਫਿਰਦੀ ਆ? ਤੇਰੀ ਤਾਈ ਕਹਿੰਦੇ ਵੀ ਸਾਰਾ ਕੁਝ ਤਾਂ ਆਪ ਰੱਖ ਗਈ, ਨਾ ਕੱਲੀ ਕੱਲੀ ਚੀਜ਼ ਤਾਂ ਵੰਡ ਕੇ ਲਈ ਆ, ਕਿਹੜਾ ਮੈਨੂੰ ਕੋਲ ਰੱਖ ਲਿਆ। ਆ ਤਾਈ ਤੂੰ ਕੀ ਤਾਂ ਲੈ ਜਾਂਦੀ ਮੇਰੀ ਮਾਂ ਤੇ? ਨਾ ਤੁਸੀਂ ਸਾਰਾ ਟੱਬਰ ਇਕੱਠੇ ਹੋ ਕੇ ਆ ਗਏ ਮੇਰੇ ਤੇ ਚੜ ਕੇ, ਹੈ ਤੁਸੀਂ ਮੈਨੂੰ ਕੱਲੀ ਤਕਾ ਲਿਆ, ਬੁਲਾਉਣੀ ਆਪਦੇ ਪੁੱਤ ਨੂੰ? ਨਾ ਐ ਨਹੀਂ ਮੈਂ ਦੱਬਦੀ, ਬੇ ਅਮਰ ਹੈ, ਬੇ ਆਈ ਮੈਂ ਪੁੱਤ ਭੱਜ ਕੇ। ਤੂੰ ਤਾਂ ਹੁਣ ਐਵੇਂ ਵਾਧੇ ਵਧਾਉਣ ਵਾਲੀਆਂ ਗੱਲਾਂ ਕਰਦੀ ਆ। ਵਾਧੇ ਮਤਲਬ ਤੁਸੀਂ ਵਧਾਇਆ, ਅਸੀਂ ਤਾਂ ਚੁੱਪ ਵੱਟੀ ਨਹੀਂ ਸੀ। ਚੁੱਪ ਆ ਦੇਖੀ ਤੁਹਾਡੀ ਚੁੱਪ, ਕਿਵੇਂ ਬੋਲਣ ਲੱਗੇ ਹੋਇਆ, ਕਿੰਨਾ ਜ਼ਹਿਰ ਭਰਿਆ ਤੁਹਾਡੇ ਚ। ਜ਼ਹਿਰ ਤਾਂ ਤੁਹਾਡੇ ਚ ਹੈ, ਸੱਪਾਂ ਦੀ ਖੁੱਡ ਜਦੋਂ ਨਿਕਲੀ ਹੈ ਕੁਛ ਤਾਂ ਅਸਰ ਹੋਣਾ ਹੀ ਹੈ। ਤਾਈ ਆ ਕੀ ਬੋਲੀ ਜਾਂਦੀ ਆ? ਸੱਚ ਹੀ ਕਹਿ ਰਹੀ ਮੰਮੀ, ਸੱਪਾਂ ਨੂੰ ਹਰੇਕ ਚੀਜ਼ ਤੇ ਕੁੰਡਲੀ ਮਾਰ ਕੇ ਬੈਠ ਗਏ, ਜਦੋਂ ਦੇਣ ਦੀ ਵਾਰੀ ਆਈ ਉਦੋਂ ਜ਼ਹਿਰ ਉਗਲਣਾ ਸ਼ੁਰੂ ਕਰਤਾ। ਹਾਂ ਤੂੰ ਲੈ ਜਾ 5 ਸੂਟ, ਹੁਣ 5 ਦੀ ਜਗ੍ਹਾ 7 ਲੈ ਜੀ, ਅਸੀਂ ਤਾਂ ਨਾਨਕ ਸ਼ੱਕ ਚ 2 ਹੀ ਲੈ ਕੇ ਜਾਵਾਂਗੇ। ਉਹ ਨਾਨਕ ਸ਼ੱਕ ਪਿੱਛੇ ਲੜੋ ਨਾ ਭਾਈ ਤੁਸੀਂ। ਵੀਰ ਜੀ ਤੁਸੀਂ ਆਇਆ ਤਾਂ ਮੈਂ ਬੜੇ ਚਾਅ ਨਾਲ ਸੀ, ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਮੇਰਾ ਸਾਰਾ ਹੀ ਚਲੇ ਗਿਆ। ਵੀਰ ਜੀ ਚਾਹ ਦਾ ਬਥੇਰਾ, ਤਾਂ ਹੀ ਆਈ ਸੀ ਸਲਾਹ ਕਰਨ, ਪਰ ਟਲੀ ਨਹੀਂ ਹੈਗੀ ਲੜਾਈ ਤੋਂ। ਆਹੋ ਲੜਾਈ ਤਾਂ ਤੂੰ ਸ਼ੁਰੂ ਕਰੀ ਹੈ, ਸਾਰਾ ਭਾਂਡਾ ਮੇਰੇ ਸਿਰ ਭੰਨਤਾ ਭੰਨਾ ਨਾ। ਵੀਰ ਜੀ ਮੈਂ ਤਾਂ ਇਹ ਕਹਿੰਦੀ ਸੀ ਵੀ ਕਹਿੰਦੀ ਕਹੋਰੀ ਨਾਨਕ ਸ਼ੱਕ ਲੈ ਕੇ ਜਾਵਾਂਗੇ। ਮੈਂ ਜਿਹਦੀ ਜਿੰਨੀ ਪਹੁੰਚ ਹੋਊ ਓਨੀ ਹੀ ਕਰੂ। ਓ ਹੋ ਰੱਬ ਦੇ ਵਾਸਤੇ ਬਸ ਕਰੋ ਬਸ ਕਰੋ, ਐਵੇਂ ਲੜੀ ਜਾਓ। ਉਹ ਤੁਹਾਨੂੰ ਕੀ ਲੱਗਦਾ ਇਹ ਸਮਾਨ ਨਾਲ ਮੇਰੀ ਧੀ ਦਾ ਘਰ ਭਰ ਜੂਗਾ? ਉਹ ਤਾਂ ਸਦੀਆਂ ਤੋਂ ਚੱਲੀ ਆਉਂਦੀ ਰੀਤ ਹੈ ਇੱਕ, ਤੁਸੀਂ ਸਾਰੇ ਇਕੱਠੇ ਹੋ ਕੇ ਆਉਂਦੇ ਤਾਂ ਇਸ ਘਰ ਦੀ ਧੀ ਦਾ ਮਾਣ ਵੱਧ ਜਾਣਾ ਸੀ, ਪਰ ਤੁਸੀਂ ਤਾਂ ਆਪ ਚੜੀ ਜਾਂਦੇ ਹੋ। ਪੁੱਪੜੀ ਤੁਸੀਂ ਗਲਤ ਸਮਝ ਗਏ। ਤੂੰ ਚੁੱਪ ਕਰ ਮੁੰਡਿਆ, ਹਟਾਉਣਾ ਤਾਂ ਕੀ ਹੈ, ਸਗੋਂ ਆਪ ਹੀ ਤੁਹਾਡੇ ਨਾਲ ਲੱਗੇ।
ਉਹ ਤੁਹਾਡੇ ਇਹ ਸਮਾਨ ਦੇਣਾ ਮੇਰੀ ਧੀ ਨੂੰ ਕੋਈ ਫਰਕ ਨਹੀਂ ਪੈਣਾ। ਪਰ ਕਿਸ ਗੱਲ ਨਾਲ ਪੈਂਦਾ, ਤੁਸੀਂ ਕਿਹੜੀ ਨੀਤ ਰੱਖ ਕੇ ਆਏ ਹੋ? ਇੱਕ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ, ਇੱਕ ਧੀ ਦੇ ਬਾਪ ਵੱਲੋਂ, ਮੇਰੀ ਧੀ ਨੂੰ ਕੋਈ ਸਮਾਨ ਚਾਹੇ ਲੈ ਕੇ ਆਇਓ ਚਾਹੇ ਨਾ ਲੈ ਕੇ ਆਇਓ, ਪਰ ਆਪਣੇ ਮਨਾਂ ਚ ਪਿਆਰ ਲੈ ਕੇ ਆਇਓ। ਮੇਰੀ ਧੀ ਲਈ ਸਭ ਤੋਂ ਬੜੀ ਖੁਸ਼ੀ ਇਹ ਹੋਊਗੀ ਕਿ ਆਪਾਂ ਸਾਰੇ ਰਿਸ਼ਤੇਦਾਰ ਇਕੱਠੇ ਰਲ ਕੇ ਉਹਨੂੰ ਸ਼ਗਨਾਂ ਨਾਲ ਤੋਰਾਂਗੇ। ਇਹ ਮੇਰੀ ਧੀ ਲਈ ਸਭ ਤੋਂ ਬੜੀ ਖੁਸ਼ੀ ਹੋਵੇਗੀ। ਬਸ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ।